ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਚੋਰੀ ਕਰਨ ਵਾਲੀ ਉਹ ਕੁੜੀ ਚੋਰ ਸੀ। ਧਿਆਨ ਨਾਲ ਸੁਣਿਓ, ਮੁੰਡਾ ਕਹਿੰਦਾ ਹੋ ਦਿਲਾਂ ਦੀ ਚੋਰੀ ਕਰਨ ਵਾਲੀ ਉਹ ਕੁੜੀ ਚੋਰ ਸੀ, ਨਾਮ ਐਡਰੈਸ ਤਾਂ ਪਤਾ ਨਹੀਂ, ਉਹਦਾ ਸ਼ਹਿਰ ਬੋਰ ਸੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਲੈ ਕੇ ਹਾਜ਼ਰ ਹੋ ਚੁੱਕਾ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਬਹੁਤ ਵਧੀਆ। ਗੋਪੀਚੰਦ ਆਰਿਆ ਮਹਿਲਾ ਕਾਲਜ, ਸ਼ਹਿਰ ਅਬੋਹਰ, ਕਿਆ ਬਾਤ ਹੈ ਜੀ। ਸੋ ਜ਼ੋਰਦਾਰ ਤਾੜੀਆਂ ਪਹਿਲਾਂ ਆਪਣੇ ਲਈ। ਸੋ ਇਸ ਕਾਲਜ ਦਾ ਬਹੁਤ ਵਧੀਆ ਨਾਮ ਹੈ ਜੀ, ਬਹੁਤ ਵਧੀਆ ਗੁੱਡਵਿਲ ਹੈ। ਔਰ ਜੇ ਗੱਲ ਕਰੀਏ ਆਪਾਂ ਟੋਪਰਸ ਦੀ, ਤਾਂ ਪੰਜਾਬ ਯੂਨੀਵਰਸਿਟੀ ਦੇ ਨਾਲ ਐਫੀਲੇਟਡ ਹੈਗਾ ਕਾਲਜ, ਔਰ ਬਹੁਤ ਪੜ੍ਹਾਈ ਦੇ ਵਿੱਚ ਇੱਕ ਨੰਬਰ 'ਤੇ ਬੱਚੇ ਇੱਥੋਂ ਪੜ੍ਹ ਕੇ ਆਪਣਾ ਨਾਮ ਰੋਸ਼ਨ ਕਰ ਰਹੇ ਨੇ, ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਨੇ, ਕਾਲਜ ਦਾ ਨਾਮ ਰੋਸ਼ਨ ਕਰ ਰਹੇ ਨੇ। ਸੋ ਟੈਲੈਂਟ ਵੀ ਬੱਚਿਆਂ ਦੇ ਵਿੱਚ ਬਹੁਤ ਹੈ, ਟੈਲੈਂਟ ਕਿੰਨਾ ਕੁ ਹੈ ਇਹ ਆਪਾਂ ਦੇਖਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਅਨੀਸ਼ਾ। ਅਨੀਸ਼ਾ ਜੀ, ਤੁਹਾਡਾ ਜੀ? ਨਵਜੋਤ ਕੌਰ। ਨਵਜੋਤ ਕੌਰ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਅਬੋਹਰ ਤੋਂ। ਅਬੋਹਰ ਤੋਂ ਤੁਸੀਂ? ਅਸੀਂ ਵੀ ਅਬੋਹਰ ਤੋਂ। ਅਸੀਂ ਨਹੀਂ ਜੀ, ਤਾਂ ਕੱਲਾ ਤੁਹਾਨੂੰ ਪੁੱਛਿਆ ਜੀ, ਉਹਨਾਂ ਨੇ ਦੱਸਤਾ ਜੀ। ਅੱਛਾ, ਤੁਸੀਂ ਵੀ ਅਬੋਹਰ ਤੋਂ? ਓਕੇ ਜੀ, ਓਕੇ। ਕੀ ਹੌਬੀਜ਼ ਕੀ ਨੇ ਜੀ? ਸਾਡੀ ਡਾਂਸ, ਡਾਂਸਿੰਗ ਐਂਡ ਸਿੰਗਿੰਗ। ਓਕੇ, ਪਰਿਵਾਰ 'ਚ ਕੌਣ ਕੌਣ? ਮੰਮਾ ਪਾਪਾ ਐਂਡ ਬ੍ਰਦਰ। ਮੰਮੀ ਪਾਪਾ ਐਂਡ ਬ੍ਰਦਰ? ਹਾਂਜੀ। ਤੁਸੀਂ ਮੇਰੇ ਬਣਨਾ ਮੰਮੀ, ਤੁਸੀਂ ਮੇਰੇ ਬਣਨਾ ਪਾਪਾ, ਠੀਕ ਹੈ ਜੀ। ਹੁਣ ਮੈਂ ਆਇਆ ਜੀ ਘਰੋਂ, ਲੇਟ ਆਇਆ, ਜਾਂ ਮੈਂ ਸ਼ਰਾਰਤਾਂ ਕਰਦਾ, ਜਾਂ ਕਾਲਜ ਵਾਲੇ ਨੇ ਕਿਹਾ ਵੀ ਤੁਹਾਡਾ ਬੱਚਾ ਵੀ ਸਿੰਸੀਅਰ ਨਹੀਂ ਹੈਗਾ, ਅਤੇ ਮੈਂ, ਤੁਸੀਂ ਮੈਨੂੰ ਕਿਹਾ ਸੀਗਾ ਵੀ ਮੈਂ ਵੈਸੇ ਵੀ ਲੇਟ ਆਇਆ, ਸ਼ਰਾਰਤਾਂ ਵੀ ਕਰਦਾ। ਜਿਹੜੀ ਵੀ ਗੱਲ ਬੋਲੋਗੇ ਮਾਈਕ ਦੇ ਵਿੱਚ ਬੋਲਿਓ। ਤੁਸੀਂ ਕੀ ਹੋ ਮੇਰੇ? ਮੰਮਾ। ਤੁਸੀਂ? ਰੋਬ ਰੱਖੋ ਪਾਪਾ। ਕੀ ਹੋ ਤੁਸੀਂ ਮੇਰੇ? ਪਾਪਾ। ਵੈਰੀ ਗੁੱਡ ਬੱਚੇ। ਅੱਛਾ ਚਲੋ, ਹੁਣ ਬੱਚਾ ਇੱਧਰੋਂ ਆ ਰਿਹਾ, ਤੁਸੀਂ ਮੰਮੀ ਜੋ ਵੀ ਬੋਲਣਾ ਮਾਈਕ 'ਚ ਬੋਲਣਾ। ਹਾਂਜੀ ਹਾਂਜੀ। ਤੁਸੀਂ ਡੈਡੀ ਜੀ? ਡੈਡੀ ਜੀ ਐਂਗਰੀ? ਹਾਂਜੀ। ਤੁਹਾਨੂੰ ਕਿੱਦਾਂ ਪਤਾ ਵੀ ਬੱਚਾ ਆ ਰਿਹਾ? ਮੰਮਾ ਤਾਂ ਪਹਿਲਾਂ ਹੀ ਤਿਆਰ ਹੈ, ਜੁੱਤੀ ਲੈ ਕੇ ਹੈ। ਮਾਂ ਕਾ ਪਿਆਰ ਬੇਟੇ ਕੇ ਲੀਏ। ਇੱਧਰ ਆ ਕੰਜਰਾ, ਕਿੱਧਰ ਨੂੰ ਮੁੱਝ? ਮੈਂ ਜੁੱਤੀਆਂ ਰੱਖ ਦੇਣਾ, ਮੈਂ ਜੁੱਤੀਆਂ ਰੱਖ ਦੇਣਾ। ਕਿੱਧਰ ਆਏ ਡੈਡੀ? ਤੇਰਾ ਕੰਮ ਹੀ ਆਇਆ ਮੁੰਡੇ ਨੂੰ, ਇਹਨਾਂ ਨਹੀਂ ਲੜਨਾ। ਬਹੁਤ ਹੀ ਕਾੜਦਾ ਇਹਨੂੰ, ਐਵੇਂ ਸਾਡਾ ਲਾਡ ਲਾਡਾ। ਡੈਡੀ ਡੈਡੀ ਕੀ ਵਿਆਹ ਲਿਆਂਦਾ? ਕੀ ਵਿਆਹ ਲਿਆ? ਪਤਾ ਨਹੀਂ ਪੁੱਤ ਕੀ ਵਿਆਹ ਲੈਣਾ, ਕਿਹੜਾ ਹੀ ਮਾੜੀ ਘੜੀ ਸੀ। ਮਾੜੀ 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 ਘੜੀ ਸੀ ਜੀ। ਤੂੰ ਤਾਂ ਆਪ ਹੀ ਇਹੋ ਜਿਹਾ ਹੈ, ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ। ਕੀ ਕਰਕੇ ਦਿਖਾਓਗੇ ਜੀ? ਕਿਹੜੇ? ਅੱਛਾ, ਗਾਣਾ ਲਾਓ ਬਈ, ਗਾਣਾ ਦੱਸਤਾ ਤੁਸੀਂ? ਬਹੁਤ ਵਧੀਆ, ਬਹੁਤ ਵਧੀਆ, ਚੱਕ ਦੋ ਫੱਟੇ। ਕਿਆ ਬਾਤ ਹੈ, ਤਾੜੀਆਂ ਤਾੜੀਆਂ ਤਾੜੀਆਂ। ਬਹੁਤ ਵਧੀਆ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਗੋਡ ਬਲੈਸ ਯੂ ਜੀ। ਸੱਜਾ ਹੱਥ ਲੜਾਈ ਹੋ ਜੂਗੀ, ਲੜਾਈ ਹੋ ਜੂਗੀ। ਵਾਹ, ਗੋਡ ਬਲੈਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਂ ਹੈ ਤੁਹਾਡਾ? ਸ਼ਵੇਤਾ।
ਸ਼ਵੇਤਾ ਜੀ ਹਾਂਜੀ ਸਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਫਾਜ਼ਿਲਕਾ ਤੋਂ ਲਾਗੇ ਪਿੰਡ ਆ ਫਾਜ਼ਿਲਕਾ ਲਾਗੇ ਪਿੰਡ ਆ ਕਿਹੜਾ ਪਿੰਡ ਜੀ ਗੰਜੂਆਣਾ ਹਾਂਜੀ ਗੰਜੂਆਣਾ ਗੰਜੂ ਆਣਾ ਗੰਜੂਆਣਾ ਮੈਂ ਜ਼ਰੂਰ ਗੰਜੂ ਆਉਂਗਾ ਜੀ ਕਿਆ ਬਾਤ ਹੈ ਕਿੰਨਾ ਸੋਹਣਾ ਨਾ ਪਿੰਡ ਦਾ ਨਾਲ ਨਾਲ ਸੱਦਾ ਵੀ ਹੋ ਗਿਆ ਨਾਲ ਨਾਲ ਪਿੰਡ ਵੀ ਗੰਜੂ ਆਣਾ ਕਿਆ ਬਾਤ ਹੈ ਜੀ ਪਰਿਵਾਰ 'ਚ ਕੌਣ ਕੌਣ ਤੁਹਾਡੇ ਜੁਆਇੰਟ ਫੈਮਿਲੀ ਆ ਕੌਣ ਕੌਣ ਹੈ ਜੀ ਚਾਚੀ ਤਾਈ ਮੰਮੀ ਪਾਪਾ ਇੱਕ ਮਿੰਟ ਚਾਚੀ ਨਾਲ ਚਾਚਾ ਜੀ ਚਾਚੀ ਚਾਚਾ ਹਾਂ ਚਾਚੀ ਚਾਚਾ ਕਰਨਾ ਜੀ ਤੁਸੀਂ ਕਹਿੰਦੇ ਚਾਚੀ ਤਾਈ ਸੀਕੁਐਂਸ ਚਾਚੀ ਚਾਚਾ ਜੀ ਕਿ ਨਹੀਂ ਲਾਉਣਾ ਜੀ ਚਾਚੀ ਜੀ ਚਾਚਾ ਜੀ ਤਾਇਆ ਜੀ ਪਹਿਲਾਂ ਕੌਣ ਆਏ ਫਿਰ ਤਾਇਆ ਜੀ ਨੂੰ ਉੱਪਰ ਰੱਖੋ ਤਾਇਆ ਜੀ ਤਾਈ ਜੀ ਉਹਨਾਂ ਦੇ ਦੋ ਬੇਟੇ ਹੋ ਗਏ ਕਿੰਨੇ ਹੋ ਗਏ ਟੋਟਲ ਛੇ ਕਿੱਦਾਂ ਹੋ ਗਏ ਯਾਰ ਚਾਰ ਇਹ ਪਰਿਵਾਰ ਹੋ ਗਿਆ ਨਾ ਜੀ ਤਾਇਆ ਜੀ ਤਾਈ ਜੀ ਦੋ ਬੱਚੇ ਕਿੰਨੇ ਹੋ ਗਏ ਟੋਟਲ ਤੁਸੀਂ ਦੱਸਣਾ ਯਾਰ ਅਗਲਿਆਂ ਦਾ ਟੱਪਰ ਦੱਸਣ ਦੋ ਚਾਰ ਹੋ ਗਏ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਮੰਮੀ ਪਾਪਾ ਮੈਂ ਮੇਰੀ ਸਿਸਟਰ ਮੇਰਾ ਬ੍ਰਦਰ ਕਿੰਨੇ ਹੋ ਗਏ ਜੀ ਪੰਜ ਤੁਹਾਡਾ ਪਰਿਵਾਰ ਹੈ ਹਾਂ ਦੱਸੋ ਤੁਸੀਂ ਪੰਜ ਤੇ ਚਾਰ ਨੌਂ ਬਹੁਤ ਵਧੀਆ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੋਰ ਸੁਣਾਓਗੇ ਕੁਛ ਗਾਓਗੇ ਕੀ ਗਾਓਗੇ ਜੀ ਸੌਂਗ ਸੁਣਾਓ ਗੱਲਾਂ ਨਾਲ ਨਹੀਂ ਉਹ ਸਾਰ ਦੇ ਕਰਕੇ ਵਿਖਾਉਣੇ ਆ ਹਾਂਜੀ ਧੱਕੇ ਨਾਲ ਨਹੀਂ ਉਹ ਮਿਹਨਤਾਂ ਨਾਲ ਅੱਗੇ ਆਉਣੇ ਆ ਕਿਸਮਤ ਲੈਣੀ ਹੈ ਗੁਲਾਮ ਕਰ ਮੈਂ ਮਾੜਾ ਟਾਈਮ ਫਿਰ ਦੂਰੋਂ ਦੂਰੋਂ ਚੱਕੂ ਓਏ ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਗਾਣਾ ਔਰ ਬਹੁਤ ਚੰਗੀ ਸੋਚ ਪਰਮਾਤਮਾ ਤੁਹਾਨੂੰ ਤੁਹਾਡੇ ਪੇਰੈਂਟਸ ਨੂੰ ਤੁਹਾਡੀ ਸਾਰੀ ਜੁਆਇੰਟ ਫੈਮਿਲੀ ਨੂੰ ਹਮੇਸ਼ਾ ਤਰੱਕੀਆਂ ਅਤੇ ਤੰਦਰੁਸਤੀ ਦੇ ਵਿੱਚ ਰੱਖਣ ਥੈਂਕ ਯੂ ਸੋ ਮਚ ਇਹ ਕਿਹੜਾ ਪਿੰਡ ਸੀ ਗੰਜੂਪੂਣਾ ਨਹੀਂ ਗੰਜੂ ਆਉਣਾ ਪਿੰਡ ਜਿੰਦਾਬਾਦ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਕੀਰਤੀ ਹਾਂਜੀ ਤੁਹਾਡਾ ਜੀ ਮਨੀਸ਼ਾ ਜੀ ਤੁਹਾਡਾ ਜੀ ਡਿੰਕੀ ਹੈ ਡਿੰਕੀ ਹਾਂਜੀ ਕੀ ਸਪੈਲਿੰਗ ਨੇ DINKY ਸ਼ੁਕਰ ਆਈ ਦੀ ਜਗ੍ਹਾ ਉਹ ਨਹੀਂ ਰੱਖਦਾ ਜੀ ਚਲੋ ਬਹੁਤ ਵਧੀਆ ਡਿੰਕੀ ਜੀ ਜਿੰਦਾਬਾਦ ਡਿੰਕੀ ਜੀ ਤੁਹਾਡਾ ਜੀ ਆਂਚਲ ਜੀ ਓਕੇ ਕੀ ਕਰਕੇ ਦਿਖਾਓਗੇ ਜੀ ਭੰਗੜਾ ਕਰੋਗੇ ਜੀ ਕਿਆ ਬਾਤ ਹੈ ਅੱਛਾ ਕਿਹੜੇ ਕੋਰਸ ਜੁਆਇਨ ਕੀਤਾ ਤੁਸੀਂ BA ਕਿਹੜੇ ਸਬਜੈਕਟ ਨੇ ਮੈਥ ਇਕਨੋਮਿਕਸ ਮਿਊਜ਼ਿਕ ਫਿਜ਼ੀਕਲ ਮਿਊਜ਼ਿਕ ਵੋਕਲ ਤੁਹਾਡੇ ਕੋਲ ਸਾਰਿਆਂ ਕੋਲ ਵੋਕਲ ਤੁਹਾਡੇ ਕੋਲ ਫਿਰ ਮੈਂ ਅੱਛਾ ਤੁਸੀਂ ਭੰਗੜਾ ਜ਼ਰੂਰ ਪਾਇਓ ਮੈਂ ਦੋ ਕੁ ਲਾਈਨਾਂ ਤੁਸੀਂ ਜ਼ਰੂਰ ਸੁਣਾਇਓ ਕਿਉਂਕਿ ਤੁਸੀਂ ਮਿਊਜ਼ਿਕ ਰੱਖਿਆ ਹੋਇਆ ਮੇਰੀ ਆਵਾਜ਼ ਇਹਦੀ ਅੱਛੀ ਨਹੀਂ ਹੈ ਅਰੇ ਆਵਾਜ਼ ਨਹੀਂ ਅੱਛੀ ਤਾਂ ਸੁਣਾ ਦਿਓ ਯਾਰ ਹਾਂਜੀ ਸੁਣਾਓ ਕੀ ਨਾਂ ਕੀ ਸੀ ਤੁਹਾਡਾ ਕੀਰਤੀ ਜ਼ੋਰ ਜ਼ੋਰ ਤਾੜੀਆਂ ਜੀ ਨਾਲ ਕੀਰਤੀ ਸੁਣਾਓਗੇ ਜੀ ਕਿ ਇੱਕ ਵਾਰੀ ਫਿਰ ਭੂਮਿਕਾ ਬੰਨਾ ਜੀ ਜ਼ੋਰ ਜ਼ੋਰ ਤਾੜੀਆਂ ਜੀ ਨਾਲ ਕੀਰਤੀ ਮਾਰਦੇ ਵਿਚੋਲੇ ਜੱਟਾ ਗੇੜੇ ਕਦੋਂ ਆਉਣਗੇ ਸੁਣੇ ਇਹ ਜੱਟਾ ਤੇਰੇ ਫੇਰ ਪੁੱਛਣਾ ਏ ਕਿੱਥੇ ਮੇਰੀ ਲਾਡੋ ਤੇ ਮੈਂ ਕਹਿਣਾ ਚੋਰ ਲੈ ਗਿਆ ਉਹ ਲੱਕ ਲਾਣਤਾ ਏ ਜੱਟਾ ਤੇਰੇ ਪਿਆਰ ਤੇ ਵਿਆਹ ਕਿਤੇ ਕੋਈ ਹੋਰ ਲੈ ਗਿਆ ਥੈਂਕ ਯੂ ਸੋ ਮਚ ਹੈਨੀ ਸ਼ੇਕਰ ਲੱਗ ਗਏ ਐਕਸਾਈਟਮੈਂਟ ਬੜੀ ਹੈ ਜੀ ਹਾਂਜੀ ਚਲੋ ਠੀਕ ਹੈ ਕੋਈ ਨਹੀਂ ਕਰੋ ਸ਼ੇਕ ਬਹੁਤ ਵਧੀਆ ਅੱਛਾ ਭੰਗੜਾ ਜੀ ਕਿਆ ਬਾਤ ਹੈ ਸ਼ਾਬਾਸ਼ ਬਹੁਤ ਮਿਹਰਬਾਨੀ 25-30 ਸੈਕਿੰਡ ਤੋਂ ਬਾਅਦ ਉਸਤਾਦ ਜੀ 25-30 ਸੈਕਿੰਡ ਬਾਅਦ ਆਪ ਹੀ ਖੜ ਜਾਣਾ ਇਹ ਤਾਂ ਸ਼ਾਮ ਤੱਕ ਨਹੀਂ ਖੜਦੀਆਂ ਹਾਂ ਬਹੁਤ ਵਧੀਆ ਥੈਂਕ ਯੂ ਸੋ ਮਚ ਤੂੰ ਤਾਂ ਲੜਨ ਨੂੰ ਪੈਂਦੇ ਯਾਰ ਤੂੰ ਤਾਂ ਕੀਤਾ ਨੀ ਮੈਂ ਇੱਕ ਵਾਰੀ ਫੇਰ ਰਹਾ ਜੀ ਆਖਰੀ ਸਟੈਪ ਇਹ ਆਲਾ ਹਾਂਜੀ ਵੱਜਦਾ ਲੈਣ ਦੋ ਢੋਲ ਕੀ ਨਾਂ ਤੁਹਾਡਾ ਮੇਰਾ ਊਸ਼ਮ ਊਸ਼ਮ ਹਾਂਜੀ ਓਕੇ ਪੱਖੇ ਨਹੀਂ ਹੁੰਦੇ ਨਹੀਂ ਤੁਹਾਡਾ ਨਾਮ ਖੁਸ਼ੀ ਊਸ਼ਮ ਖੁਸ਼ੀ
ਹਰਮਨਪ੍ਰੀਤ ਹਰਮਨਪ੍ਰੀਤ ਟਵਿੰਕਲ ਟਵਿੰਕਲ ਸਿਮਰਨ ਸਿਮਰਨ ਅੱਛਾ ਬੜੇ ਲੱਕ ਨਾਲ ਝੱਗੇ ਬੰਨੇ ਕੀ ਗੱਲ ਕਰੋਗੇ ਕੁਛ ਮੈਨੂੰ ਲੱਗਦਾ ਭੰਗੜਾ ਕਰਨਾ ਭੰਗੜਾ 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 ਬਹੁਤ ਵਧੀਆ ਟੀਮ ਆਈ ਹੈ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਔਰ ਅਬੋਹਰ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਅਗਲੇ ਟੈਲੈਂਟ ਨੂੰ ਬੁਲਾਉਂਦੇ ਆ ਜੀ ਆਓ ਜੀ ਲੈ 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 ਕਰ ਗੱਲ ਕਰ ਗੱਲ ਕਰੋ ਪੁੱਛੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਅਪਰਨਾ ਸ਼ਰਮਾ ਅਪਰਨਾ ਸ਼ਰਮਾ ਜੀ ਅਪਰਨਾ ਸ਼ਰਮਾ ਜੀ ਹਾਂਜੀ ਬਹੁਤ ਵਧੀਆ ਤੁਹਾਡਾ ਕੀ ਨਾਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਾਰੁਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਪਾਰੁਲ ਓਕੇ ਓਕੇ ਤੁਹਾਡੇ ਕੀ ਸ਼ੌਂਕ ਨੇ ਜੀ ਮੇਰੇ ਸ਼ੌਂਕ ਡਾਂਸ ਅੱਛਾ ਜੀ ਕੁਕਿੰਗ ਡਾਂਸ ਐਂਡ ਕੁਕਿੰਗ ਹਾਂਜੀ ਰਾਤ ਕੀ ਬਣਿਆ ਤੁਹਾਡੇ ਘਰੇ ਰਾਜਮਾ ਛੋਲੇ ਰਾਜਮਾ ਛੋਲੇ ਰਾਜਮਾ ਨਾਲ ਚੌਲ ਬਣਦੇ ਹੁੰਦੇ ਆ ਨਹੀਂ ਨਹੀਂ ਰਾਜਮਾ ਛੋਲੇ ਦੇਖੋ ਆਲੂ ਰਾਜਮਾ ਐਡ ਆਲੂ ਛੋਲੇ ਐਡ ਨਾਲੇ ਚਾਵਲ ਬਣਾ ਲੈ ਹੈਂ ਆਹੋ ਆਲੂ ਆਲੂ ਰਾਜਮਾ ਐਡ ਆਲੂ ਵੀ ਬਣੇ ਤੇ ਰਾਜਮਾ ਵੀ ਬਣੇ ਆਹੋ ਹਾਂਜੀ ਠੀਕ ਹੈ ਆਲੂ ਛੋਲੇ ਐਡ ਅੱਛਾ ਅੱਛਾ ਆਲੂ ਦੇ ਰਾਜਮਾ ਚ ਆਲੂ ਪਾਏ ਤੁਸੀਂ ਆਹੋ ਅੱਛਾ ਬਹੁਤ ਵਧੀਆ ਰਾਜਮਾ ਚ ਆਲੂ ਪਾਏ ਛੋਲਿਆਂ ਚ ਆਲੂ ਪਾਏ ਚੌਲ ਅਸੀਂ ਐਡ ਬਣਾ ਲਏ ਚੌਲ ਅਸੀਂ ਐਡ ਬਹੁਤ ਵਧੀਆ ਬਹੁਤ ਵਧੀਆ ਥੋੜੇ ਕੀ ਸ਼ੌਂਕ ਨੇ ਜੀ ਮੇਰਾ ਸ਼ੌਂਕ ਡਾਂਸਿੰਗ ਦੀ ਡਾਂਸ ਦਾ ਜੀ ਇਹਨਾਂ ਨੂੰ ਵੀ ਮਾਈਕ ਫੜਾ ਦਿਓ ਜੀ ਆਹੋ ਜੀ ਆਲੋ ਪਰਿਵਾਰ ਤੁਹਾਡਾ ਕਿੱਥੇ ਜੀ ਇੱਥੇ ਹੀ ਲੋਕਸ ਅਬੋਹਰ ਕੌਣ 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 ਹੈ ਜੀ ਪਰਿਵਾਰ ਚ ਡੈਡੀ ਆ ਮੰਮੀਆਂ ਤੇ ਬ੍ਰਦਰ ਆ ਕੀ ਬਾਤ ਹੈ ਤੁਹਾਡੇ ਪਰਿਵਾਰ ਚ ਮੇਰੇ ਪਰਿਵਾਰ ਚ ਮੇਰੇ ਦਾਦੀ ਜੀ ਨੇ ਮੇਰੇ ਨਾਨਾ ਜੀ ਨੇ ਮੇਰੇ ਡੈਡੀ ਨੇ ਮੇਰਾ ਛੋਟਾ ਵੀਰ ਹੈ ਤੇ ਮੇਰੀ ਮੰਮੀ ਆ ਕੀ ਬਾਤ ਹੈ ਸਾਰੇ ਦੋਨਾਂ ਦੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੁੱਤੀ ਲਾਉਣ ਲੱਗੇ ਹਾਂ ਅੱਛਾ ਚੱਲ ਮੈਂ ਡਰ ਗਿਆ ਨਾਲੇ ਐ ਜੇ ਕਰੀ ਜਾਂਦਾ ਮੈਂ ਅੱਛਾ ਡਾਂਸ ਤੁਹਾਡੇ ਕਰਕੇ ਤਾਂ ਪਾਈਆਂ ਮੈਂ ਇੱਥੋਂ ਤਾਂ ਖੜਾ ਵੀ ਨਹੀਂ ਹੋਇਆ ਜਾਂਦਾ ਇੱਚ ਜਦੋਂ ਵੀ ਤੁਹਾਡਾ ਸ਼ੋਅ ਵੇਖਦੀ ਆ ਮੇਰੀ ਮੰਮੀ ਕਹਿੰਦੀ ਵੇਖ ਲੈ ਤੇਰੇ ਪਿਓ ਨੂੰ ਇਹਨੇ ਤੈਨੂੰ ਪਾਸ ਕਰਾਉਣਾ ਮੈਂ ਕਿਹਾ ਅੱਜ ਮੈਂ ਕਿਹਾ ਮੰਮੀ ਕਹਿੰਦੀ ਹਾਂ ਪੁੱਤ ਬਣ ਠਣ ਕੇ ਕਿੱਥੇ ਮੈਂ ਕਿਹਾ ਬਾਪੂ ਨੂੰ ਮਿਲਣ ਚੱਲੀ ਆ ਓ ਵਾਹਿਗੁਰੂ ਵਾਹਿਗੁਰੂ ਓਏ ਹੋਏ ਹੀਲ ਪਾ ਕੇ ਆਈ ਅੱਜ ਹੀਲ ਬਾਈ ਬਹੁਤ ਵਧੀਆ ਵਿਚਾਰ ਤੁਹਾਡੇ ਮੈਂ ਤੁਹਾਨੂੰ ਇੱਕ ਵਾਰੀ ਐਂ ਕਰਾਂ ਗਿਫਟ ਦਵਾਂ ਹਾਂਜੀ ਗਿਫਟ ਦਿਓ ਜੀ ਕਿਆ ਬਾਤ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਅਪਰਾਜਿਤਾ ਅਪਰਨਾ ਅਪਰਨਾ ਸੋਰੀ ਸੋਰੀ ਕਿਆ ਬਾਤ ਹੈ ਥੈਂਕ ਯੂ ਸੋ ਮਚ ਥੈਂਕ ਯੂ ਕੱਟੇ ਹੋ ਨਾ ਮੇਰਾ ਨਾਮ ਵਿੱਚ ਨਹੀਂ ਇਹਦਾ ਕੁਝ ਨਾ ਕੱਟੇ ਹੋ ਜੀ ਬਾਬਾ ਜੀ ਇਹ ਸਭ ਕੁਝ ਬੋਲਣਾ ਹਾਂ ਥੈਂਕ ਯੂ ਸੋ ਮਚ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਤੇ ਡਾਂਸ ਕਰਨਾ ਜੀ ਓਕੇ ਗਾਣਾ ਤੁਸੀਂ ਦੱਸਤਾ ਫੈਮਿਲੀ ਦੀ ਮੈਂਬਰ ਫੈਮਿਲੀ ਦੀ ਮੈਂਬਰ ਬਣਾ ਬਈ ਉਹ ਗਾਣਾ ਲਾ ਦਿਓ ਕਿਆ ਬਾਤ ਹੈ ਥੈਂਕ ਯੂ ਗੋਡ ਬਲੈਸ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮਾਨਸੀ ਮਾਨਸੀ ਜੀ ਤੁਹਾਡਾ ਜੀ ਮਨਰੂਪ ਕੌਰ ਮਨਰੂਪ ਕੌਰ ਕੀ ਸ਼ੌਂਕ ਨੇ ਤੁਹਾਡੇ ਡਾਂਸਿੰਗ ਸਿੰਗਿੰਗ ਓਕੇ ਕਿੱਥੋਂ ਬਿਲੋਂਗ ਕਰਦੇ ਹੋ ਅਬੋਹਰ ਤੋਂ ਤੁਸੀਂ ਜੀ ਪਿੰਡ ਆਲਮਗੜ੍ਹ ਪਿੰਡ ਆਲਮਗੜ੍ਹ ਕਿੱਥੇ ਕ ਪੈਂਦਾ ਇਹ ਇਹ ਨੇੜੇ ਹੀ ਆ ਨੇੜੇ ਅਸੀਂ ਨਹੀਂ ਆਉਂਦੇ ਘਰੇ ਕਿੱਥੇ ਆ ਜਿਓ ਫਿਰ ਵੀ ਕਿੱਥੇ ਕ ਜੀ ਇਹ ਰੀਦੀ ਸਿੱਧੀ ਵਾਲੀ ਦੀ ਸਾਈਡ ਪੈ ਜਾਂਦਾ ਹਨੂਮਾਨ ਗੰਗਾ ਨਗਰ ਰੋਡ ਗੰਗਾ ਨਗਰ ਰੋਡ ਇੱਥੋਂ ਕਿੰਨੇ ਕਿਲੋਮੀਟਰ 8 ਕਿਲੋਮੀਟਰ 8 ਕਿਲੋਮੀਟਰ ਓਕੇ ਤੁਹਾਡਾ ਤੁਸੀਂ ਅਬੋਹਰ ਤੋਂ ਹੀ ਹਾਂਜੀ ਪਰਿਵਾਰ 'ਚ ਕੌਣ ਕੌਣ ਮੇਰਾ ਬ੍ਰਦਰ ਤੇ ਮੰਮਾ ਓਕੇ ਜੀ ਓਕੇ ਕਿਆ ਤੁਹਾਡੇ ਜੀ ਪਰਿਵਾਰ 'ਚ ਜੁਆਇੰਟ ਫੈਮਿਲੀ ਆ ਕੌਣ ਕੌਣ ਜੀ ਮੰਮੀ ਪਾਪਾ ਦਾਦਾ ਦਾਦੀ ਚਾਚੂ ਚਾਚੀ ਕਜ਼ਨ ਅੱਛਾ ਜੀ ਬ੍ਰਦਰ ਸਿਸਟਰ ਬਹੁਤ ਵਧੀਆ ਬਹੁਤ ਵਧੀਆ ਵੱਡਾ ਪਰਿਵਾਰ ਸੁਖੀ ਪਰਿਵਾਰ ਹਾਂਜੀ ਬਹੁਤ ਵਧੀਆ ਜਦੋਂ ਤੁਸੀਂ ਇੱਕ ਸੇਬ ਕੱਟਿਆ ਹਾਂਜੀ ਜਿੱਦਾਂ ਛੋਟੇ ਪਰਿਵਾਰ 'ਚ ਹੁੰਦਾ ਵੀ ਇੱਕ ਸੇਬ ਕੱਟਿਆ ਚਾਰ ਫਾੜੀਆਂ ਹੋਈਆਂ ਚਾਰਾਂ ਨੇ ਇੱਕ ਇੱਕ ਫਾੜੀ ਕਰ ਲਈ
ਹਾਂ ਜੀ ਹਾਂ ਜੀ ਜਿਆਦਾ ਵੀ ਫਾੜੀ ਹੋ ਜਾਂਦੀ ਹੈ ਸਿਆਣੇ ਬੱਚੇ ਕਈ ਵਾਰ ਦੋ ਦੋ ਫਾੜੀਆਂ ਕਰ ਲੈਂਦੇ ਨੇ ਥੋੜਾ ਹੁਣ ਟੱਬਰ ਹੀ ਇੰਨਾ ਇੱਕ ਸੇਬ ਕੱਟਿਆ ਕਿੱਧਰ ਗਿਆ ਕਿੱਧਰ ਗਿਆ ਪਤਾ ਨਹੀਂ ਗਿਆ ਹੁਣ ਕਿੱਧਰ ਗਿਆ ਨਹੀਂ ਦੋ ਸੇਬ ਕੱਟ ਲਾਂਗੇ ਦੋ ਤਿੰਨ ਸੇਬ ਕੱਟਦੇ ਹੋ ਕਿਆ ਬਾਤ ਹੈ ਬਹੁਤ ਵਧੀਆ ਖਾਂਦੇ ਰਹੋ ਸੇਬ ਫਰੂਟ ਖਾਂਦੇ ਰਹੋ ਸਿਹਤ ਲਈ ਵੀ ਵਧੀਆ ਹੁੰਦਾ ਕੀ ਸ਼ੌਕ ਨੇ ਤੁਹਾਡੇ ਡਾਂਸਿੰਗ ਡਾਂਸ ਕਰਨਾ ਜੀ ਬੋਲੀਆਂ ਬਹੁਤ ਸੋਹਣੇ ਐਕਸਪ੍ਰੈਸ਼ਨ ਗੋਡ ਬਲੈਸ ਯੂ ਐਕਸਪ੍ਰੈਸ਼ਨ ਬਹੁਤ ਸੋਹਣੇ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਗੋਡ ਬਲੈਸ ਯੂ ਸਤਿ ਸ਼੍ਰੀ ਅਕਾਲ ਜੀ ਜੈ ਹਿੰਦ ਸਰ ਜੈ ਹਿੰਦ ਜੀ ਜੈ ਹਿੰਦ ਕੀ ਹਾਲ ਚਾਲ ਜੀ ਸਿਖਾਓ ਸਿਖਾਓ ਕਿੱਦਾਂ ਆਪਾਂ ਨੋਰਮਲ ਹੈਗੇ ਹਾਂ ਆਪਾਂ ਨੋਰਮਲ ਹਾਂ ਉਸ ਤੋਂ ਬਾਅਦ ਸਾਵਧਾਨ ਉਸ ਤੋਂ ਬਾਅਦ ਸਾਵਧਾਨ ਜੈ ਹਿੰਦ ਸਰ ਜੈ ਹਿੰਦ ਸਰ ਹੱਥੀ ਪੋਜੀਸ਼ਨ ਇੱਦਾਂ ਕਿੱਦਾਂ ਜੀ ਇੱਦਾਂ ਇਹ ਫਿੰਗਰ ਇੱਥੇ ਇੱਥੇ ਮਿਡ 'ਚ ਹਾਂਜੀ ਠੀਕ ਆ ਆ ਗਿਆ ਹੁਣ ਵਿਸ਼ਰਾਮ ਹੋ ਜਾਓ ਇੱਦਾਂ ਇੰਨਾ ਵੀ ਨਹੀਂ ਕਰਨਾ ਜਿੰਨਾ ਤੁਸੀਂ ਕਰਦਾ ਅੱਛਾ ਕਿੰਨਾ ਕਰਨਾ ਜੀ ਫਿਰ ਵੇਸਟ ਦੇ ਅਕੋਰਡਿੰਗ ਜਿੰਨੀ ਆਪਣੀ ਵੇਸਟ ਹੈ ਉਨੀ ਪੈਰਾਂ ਦੇ ਵੇਸਟ ਦੀ ਵਿੜਥ ਹੋਣੀ ਚਾਹੀਦੀ ਹੈ ਇੰਨੀ ਹੈ ਨਹੀਂ ਵੈਸੇ ਅੱਛਾ ਹਾਲ ਹੋਆ ਹੁਣ ਠੀਕ ਹੈ ਜੀ ਹਾਂਜੀ ਠੀਕ ਆ ਹੁਣ ਹੋਰ ਆਰਡਰ ਸਰ ਨਥਿੰਗ ਸਰ ਜਦੋਂ ਵਿਸ਼ਰਾਮ ਚ ਹੋ ਜਾਓ ਫਿਰ ਐ ਖੜਨਾ ਕਿ ਜਿਵੇਂ ਮਰਜ਼ੀ ਖੜ ਸਕਦੇ ਨਹੀਂ ਨਹੀਂ ਵਿਸ਼ਰਾਮ ਚ ਹੋ ਜਾਓ ਉਦਾਂ ਇਦਾਂ ਨਹੀਂ ਜੀ ਜਦੋਂ ਵਿਸ਼ਰਾਮ ਚ ਹੋਵਾਂਗੇ ਨਾ ਉਦੋਂ ਐਦਾਂ ਕਰਕੇ ਖੜ ਆ ਲਓ ਜੀ ਆਪਾਂ ਮਤਲਬ ਫੇਸ ਅੱਖਾਂ ਇੱਧਰ ਉੱਧਰ ਕਰ ਸਕਦੇ ਹਾਂ ਫੇਸ ਨਹੀਂ ਹਿਲਾਉਣਾ ਤੇ ਪੈਰ ਸ਼ੂਜ਼ ਦੇ ਵਿੱਚ ਜਿਹੜੀ ਪੈਰ ਦੀਆਂ ਫਿੰਗਰਸ ਨੇ ਉਹਨਾਂ ਛਰਕਤ ਕਰ ਸਕਦੇ ਹਾਂ ਤਾਂ ਕਿ ਖੜੇ ਖੜੇ ਚੱਕਰ ਵਗੈਰਾ ਨਾ ਆਵੇ ਅੱਛਾ ਜਿਹੜੀਆਂ ਪੈਰਾਂ ਦੀਆਂ ਉਂਗਲਾਂ ਹੈਗੀਆਂ ਉਹਨਾਂ ਨੂੰ ਹਲਾਈ ਚੱਲੋ ਇੱਦਾਂ ਨਹੀਂ ਹਿਲਾਉਣੀਆਂ ਵੀ ਬੂਟ ਹਿੱਲ ਜਾਣ ਸਾਹਮਣੇ ਵਾਲੇ ਨੂੰ ਪਤਾ ਲੱਗ ਜੇ ਵੀ ਪੈਰ ਦੀਆਂ ਉਂਗਲਾਂ ਹਿਲਾ ਰਹੇ ਨੇ ਅੱਛਾ ਅੱਛਾ ਵੈਸੇ ਮਤਲਬ ਨਹੀਂ ਲੱਗਣਾ ਚਾਹੀਦਾ ਵੈਸੇ ਟੱਚ ਦੇਣਾ ਬਸ ਮਾੜਾ ਜਿਹਾ ਹਾਂਜੀ ਟੱਚ ਦੇਣਾ ਧੋਣ ਨਹੀਂ ਹਿਲਾਉਣੀ ਨਾ ਜੀ ਜਮਾ ਵੀ ਨਹੀਂ ਉਹ ਦੇਖੀ ਚੱਲੋ ਹੈ ਹਾਂ ਵੇਖੀ ਚੱਲੋ ਭਾਵੇਂ ਚਾਰੇ ਪਾਸੇ ਛੱਡ ਦੋ ਜੀ ਤੁਹਾਡੇ ਤੋਂ ਨਹੀਂ ਹੋਣਾ ਅੱਛਾ ਬਹੁਤ ਮਾਣ ਸਨਮਾਨ ਤੁਸੀਂ ਵੀ ਦੇ ਰਹੇ ਹੋ ਥੈਂਕ ਯੂ ਸੋ ਮਚ ਕੀ ਸੁਣਾਓਗੇ ਜੀ ਡਿੰਪਲ ਤੁਹਾਡਾ ਨਾਮ ਹਾਂਜੀ ਡਿੰਪਲ ਡਿੰਪਲ ਕੀ ਸੁਣਾਓਗੇ ਜੀ ਤੁਸੀਂ ਦੱਸੋ ਕੀ ਸੁਣੋਗੇ ਗਾਣਾ ਸੁਣਾ ਦਿਓ ਚੁਟਕਲਾ ਸੁਣਾ ਦਿਓ ਜੀ ਸ਼ਾਇਰੋ ਸ਼ਾਇਰੀ ਸੁਣਾ ਦਿਓ ਮੈਂ ਗਾਣਾ ਸੁਣਾ ਦਿੰਦੀ ਹਾਂ ਗਾਣਾ ਸੁਣਾ ਦਿਓ ਗਾਣਾ ਤੁਸੀਂ ਦੱਸੋ ਤੁਹਾਡੀ ਚੋਇਸ ਦਾ ਕਿ ਮੇਰੀ ਚੋਇਸ ਦਾ ਜਿਹੜਾ ਮਰਜ਼ੀ ਤੁਹਾਡੀ ਚੋਇਸ ਦਾ ਹੋ ਚੰਨਾ ਵੇ ਮੇਰੀ ਇੱਕ ਗੱਲ ਸੁਣ ਹੋ ਤੇਰੇ ਉੱਤੇ ਜ਼ੋਰ ਮੇਰਾ ਚੱਲਦਾ ਨਹੀਂ ਹੁਣ ਮਾਰਦਾ ਹੁੰਦਾ ਸੀ ਕਦੇ ਮਿੱਠੀਆਂ ਤੂੰ ਗੱਲਾਂ ਮਾਰਦਾ ਹੁੰਦਾ ਸੀ ਕਦੇ ਮਿੱਠੀਆਂ ਤੂੰ ਗੱਲਾਂ ਹੁਣ ਤੈਨੂੰ ਹੋ ਗਿਆ ਏ ਕੀ ਵੇ ਸੱਜ ਦੱਸ ਦੇ ਸੋਹਣਿਆ ਮੇਰਾ ਤਾਂ ਵੀ ਭਰ ਗਿਆ ਜੀਵੇ ਸੱਜ ਦੱਸ ਦੇ ਸੋਹਣਿਆ ਮੇਰਾ ਤਾਂ ਵੀ ਭਰ ਗਿਆ ਜੀਵੇ ਸੱਜ ਦੱਸ ਦੇ ਸੋਹਣਿਆ ਰਵਨੀਤ ਇੱਕ ਛੋਟੀ ਜਿਹੀ ਰਿਕੁਐਸਟ ਹੋਰ ਹਾਂ ਜੀ ਤੁਸੀਂ ਹਰ ਇੱਕ ਗਾਣੇ ਤੇ ਨੱਚਿਓ ਤੇ ਮੈਂ ਤੁਹਾਨੂੰ ਹਰਿਆਣਵੀ ਗਾਣੇ ਤੇ ਨਚਾਉਣਾ ਹਰਿਆਣਵੀ ਤੇ ਹਾਂਜੀ ਜੀ ਸਰ ਮੇਰੇ ਫਰੈਂਡ ਵੀ ਨਾਲ ਆਓ ਜੀ ਆਓ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਇੱਕ ਤੋਂ ਡਰ ਲੱਗਦਾ ਸੀ ਹੁਣ ਦੋ ਆ ਗਏ ਜੀ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਰ? ਠੀਕ ਹੈ ਜੀ ਸਰ। ਹੱਥ ਕਿਵੇਂ ਜੋੜੀ ਜਾਂਦੇ ਹੋ? ਮਹਾਰਾਜ ਮੈਂ ਅੱਗੇ ਜੋੜ ਜੋੜ ਕੇ ਥੱਕ ਗਿਆ ਜੀ। ਤਾਂ ਹੀ ਤਾਂ ਨਾਂ ਜੋੜੋ ਨਾ ਹੁਣ। ਅੱਛਾ ਜੀ, ਕੀ ਨਾਂ ਤੁਹਾਡਾ? ਸ਼ਸ਼ੀ। ਓਕੇ ਜੀ, ਕਿੱਥੇ ਰਹਿੰਦੇ ਹੋ ਜੀ? ਲੋਕਲੀ ਜੀ। ਅੱਛਾ, ਬੜਾ ਡਰ ਹੀ ਲੱਗਦਾ ਤੁਹਾਡੇ ਨਾਲ ਗੱਲ ਕਰਦੇ। ਮੈਂ ਕਿੰਨੇ ਪਿਆਰ ਨਾਲ ਪੁੱਛ ਰਿਹਾ ਕਿੱਥੇ ਰਹਿੰਦੇ ਹੋ? ਲੋਕਲ ਹੀ ਜੀ। ਅੱਛਾ ਜੀ, ਪਰਿਵਾਰ 'ਚ ਕੌਣ ਕੌਣ? ਮੰਮੀ, ਬ੍ਰਦਰ ਅਤੇ ਮੈਂ ਬਸ। ਬਹੁਤ ਵਧੀਆ, ਬਹੁਤ ਵਧੀਆ। ਪਿੱਛੋਂ ਪਿਛੋਕੜ ਤੁਹਾਡਾ ਪਾਕਿਸਤਾਨ? ਹਾਂਜੀ। ਕਿੱਧਰੋਂ? ਸੰਗਿਆ, ਕਰਾਂਚੀ। ਅੱਛਾ, ਕਰੋ ਜੀ ਫਿਰ ਡਾਂਸ ਹੈ ਜੀ। ਆਇਓ ਫਿਰ, ਇੱਥੇ ਹੀ ਆ ਜੀ। ਮੈਂ ਤਾਂ ਨੱਚਦਾ ਜੀ, ਮਹਾਰਾਜ ਨੱਚਦਾ ਜੀ। ਪੁਲਿਸ ਅੱਗੇ ਤਾਂ ਭੂਤ ਵੀ ਨੱਚਦੇ ਨੇ ਜੀ। ਮੈਂ ਤਾਂ ਫਿਰ ਨੱਚਾ ਸਾਡੇ ਨਾਲ। ਹਾਂਜੀ ਹਾਂਜੀ, ਮੈਂ ਨੱਚੂੰਗਾ ਜੀ, ਮੈਂ ਮਨਾ ਕੀਤਾ ਜੀ। ਹਾਂਜੀ, ਇਹ ਤਾਂ ਆਉਂਦੇ ਨਹੀਂ ਜੀ ਮੈਨੂੰ। ਕਿੱਦਾਂ ਹੁੰਦਾ ਹੀ ਨਹੀਂ ਜੀ ਮੈਨੂੰ। ਹੈਂ, ਮਹਾਰਾਜ ਬਸ ਕਰੋ ਜੀ ਹੁਣ, ਬੜੀ ਮਿਹਰਬਾਨੀ। ਪਹਿਲਾਂ ਇੱਕ ਆਉਂਦੀ ਅੱਗੇ ਨੂੰ, ਫਿਰ ਦੂਜੀ ਆਉਂਦੀ। ਬਹੁਤ ਧੰਨਵਾਦ ਕਰੋ ਜੀ, ਬਹੁਤ ਫਨ ਹੋ ਰਿਹਾ ਬੋਰਡ ਦੇ ਵਿੱਚ। ਕਿਤੇ ਨਾ ਜਾਓ, ਮਿਲਦੇ ਜੀ ਇੱਕ ਛੋਟੇ ਜਿਹੇ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸੁਣਦੇ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮਟੀਰ ਦੇ ਵਿੱਚ। ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਜੀ, ਬਹੁਤ ਵਧੀਆ ਮਾਹੌਲ ਹੈ ਜੀ ਅਬੋਹਰ ਦੇ ਵਿੱਚ, ਗੋਪੀਚੰਦ ਆਰਿਆ ਮਹਿਲਾ ਗਰਲਸ ਕਾਲਜ। ਔਰ ਬਹੁਤ ਟੈਲੈਂਟ ਹੈ ਜੀ, ਜਿੱਥੇ ਪੜ੍ਹਾਈ ਦੇ ਖੇਤਰ ਦੇ ਵਿੱਚ ਕੁੜੀਆਂ ਨੇ ਮੱਲਾਂ ਮਾਰੀਆਂ ਨੇ, ਉੱਥੇ ਟੈਲੈਂਟ ਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ। ਸੋ ਅਗਲੇ ਆਪਾਂ ਬੁਲਾਉਂਦੇ ਹਾਂ ਜੀ, ਆਓ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਗਰੀਮਾ। ਗਰੀਮਾ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਸਰ, ਅਸੀਂ ਸੀ ਲੋਕਲ। ਓਕੇ ਜੀ, ਪਰਿਵਾਰ 'ਚ ਕੌਣ ਕੌਣ? ਸਰ, ਮੈਂ, ਮੇਰੇ ਮਦਰ, ਫਾਦਰ, 3 ਐਲਡਰ ਬ੍ਰਦਰਸ। ਓਕੇ ਜੀ, ਦੋ ਭਾਬੀਆਂ, ਦੋ ਭਤੀਜੀਆਂ। 3 ਐਲਡਰ ਬ੍ਰਦਰਸ, ਦੋ ਭਾਬੀਆਂ ਜੀ। ਇੱਕ ਰਹਿ ਗਿਆ ਵਿਆਹਣ ਤੋਂ? ਇੱਕ ਰਹਿ ਗਿਆ ਭਾਈ। ਅੱਛਾ ਅੱਛਾ, ਉਹ ਕਿੱਥੇ ਨੇ ਜੀ? ਉਹ ਵੀ ਇਹੀ ਹੈ। ਸਭ ਤੋਂ ਵੱਡੇ ਵੀਰ ਦਾ ਕੀ ਨਾਮ ਹੈ? ਨਿਤਿਨ। ਨਿਤਿਨ, ਉਹਨਾਂ ਦਾ ਵਿਆਹ ਕਿੱਥੇ ਹੋਇਆ? ਉਹ ਉਨ੍ਹਾਂ ਦਾ ਦਿੱਲੀ ਹੋਇਆ। ਦਿੱਲੀ ਹੋਇਆ, ਉਨ੍ਹਾਂ ਦੀ ਸ਼ਾਦੀ ਉਨ੍ਹਾਂ ਦੀ ਦਿੱਲੀ ਹੋਈ ਹੈ। ਦੂਸਰੇ ਵੀਰ ਦਾ ਕਿੱਥੇ ਵਿਆਹ ਹੋਇਆ? ਪਟਿਆਲਾ। ਉਹਨਾਂ ਦਾ ਪਟਿਆਲੇ ਹੋਇਆ। ਤੀਸਰੇ ਵੀਰ ਦਾ ਬੋਰ ਕਰ ਦੋਗੇ ਫਿਰ? ਦੇਖਦੇ ਹਾਂ, ਉਹ ਜਾਂਚ ਲੈ ਆਏਗਾ, ਮਾਂ ਕਰ ਦੇਗੇ। ਓਕੇ ਓਕੇ ਓਕੇ, ਚਲੋ ਬਹੁਤ ਵਧੀਆ, ਬਹੁਤ ਵਧੀਆ। ਤੇ ਵੱਡੀ ਭਰਜਾਈ ਵਧੀਆ ਕਿ ਛੋਟੀ? ਦੋਨੋਂ। ਜ਼ਿਆਦਾ ਜ਼ਿਆਦਾ ਦੋਨੋਂ ਮੇ ਸੇ ਛੋਟੀ ਵਾਲੀ ਜ਼ਿਆਦਾ ਅੱਛੀ ਹੈ। ਛੋਟੀ ਵਾਲੀ ਜ਼ਿਆਦਾ ਵਧੀਆ ਹੈ। ਕਿਹੜੀ ਗੱਲ? ਹਮਾਰੇ ਨੇਚਰਸ ਮੈਚ ਕਰਤੇ ਹੈ। ਉਨਕੇ ਸਾਥ ਨਹੀਂ ਮਿਲਤੀ ਨੇਚਰ ਤੁਹਾਰੀ? ਨਹੀਂ। ਆਮ ਹਿੰਦੀ ਮੇ ਆਉਂ ਜਾ ਮੈਂ ਆਪਸੇ? ਸਰ, ਮੈਂ ਪੰਜਾਬੀ ਨਹੀਂ ਬੋਲ ਸਕਤੀ। ਮੈਂ ਹਿੰਦੀ ਨਹੀਂ ਬੋਲ ਸਕਦਾ? ਆਪ ਪੰਜਾਬੀ ਬੋਲੀ ਜੀ, ਮੈਂ ਹਿੰਦੀ। ਚਲੋ ਤੁਸੀਂ ਹਿੰਦੀ ਬੋਲੋ ਜੀ, ਅਸੀਂ ਪੰਜਾਬੀ। ਤੇ ਹੋਰ ਕੀ ਸ਼ੌਂਕ ਨੇ ਤੁਹਾਡੇ? ਹੌਬੀਜ਼? ਸਰ, ਮੈਂ ਡਾਂਸ ਕਰੂੰਗੀ ਆਪਕੇ ਸਾਥ। ਆਪ ਰੁਕ ਜਾਤੇ ਹੋ, ਵੋ ਨਹੀਂ ਸਰ। ਨਾ ਨਾ, ਮੈਂ ਦੇਖਿਓ ਕੀ ਕਰਤਾ ਹੂੰ, ਅੱਜ ਡਾਂਸ ਕਰਤਾ ਹੂੰ। ਲਾ ਦਿਓ ਬਾਬਾ ਜੀ। ਮੇਰਾ ਨਾਮ ਇਸ਼ੂ। ਇਸ਼ੂ, ਇਸ਼ੂ, ਹਾਂਜੀ, ਅਬੋਹਰ ਤੋਂ। ਹਾਂਜੀ ਹਾਂਜੀ, ਮੈਥਸ, ਇਕਨੋਮਿਕਸ, ਮਿਊਜ਼ਿਕ, ਵੋਕਲ। ਇਕਨੋਮਿਕਸ ਐਂਡ ਮਿਊਜ਼ਿਕ, ਵੋਕਲ। ਤੁਸੀਂ ਸੁਣਾਓ ਜੀ ਫਿਰ ਕੁਝ। ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ, ਹੈ ਕੰਨਾਂ ਵਿੱਚ ਪਾ ਦੇ, ਮੈਂ ਤੇਰੇ ਕੁਰਬਾਨ ਸੁਣਿਆ, ਮੈਂ ਤੇਰੇ ਕੁਰਬਾਨ ਸੁਣਿਆ। ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ, ਕੰਨ ਲਾ ਕੇ ਸੁਣ ਮੇਰੀ ਗੱਲ, ਮੇਰੇ ਹਾਣੀਆਂ ਪਿਆਰ ਦੀਆਂ ਤੇਰੇ ਕੋਲੋਂ
ਕੇ ਸੁਣ ਮੇਰੀ ਗੱਲ ਮੇਰੇ ਹਾਣੀਆਂ ਪਿਆਰ ਦੀਆਂ ਤੇਰੇ ਕੋਲੋਂ ਮੰਗੀਆਂ ਨਿਸ਼ਾਨੀਆਂ ਮੈਨੂੰ ਫੁੱਲਾਂ ਵਾਲੀ ਕੁੜਤੀ ਸਵਾ ਦੇ ਹਾਏ ਰੀਜ ਮੇਰੀ ਲਾ ਦੇ ਮੈਂ ਤੇਰੇ ਕੁਰਬਾਨ ਸੁਣਿਆਂ ਮੈਂ ਤੇਰੇ ਕੁਰਬਾਨ ਸੁਣਿਆਂ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣੀ ਆਵਾਜ਼ ਬਹੁਤ ਮਿੱਠੀ ਆਵਾਜ਼ ਥੈਂਕ ਯੂ ਜੀ ਤੇ ਰਿਆਜ਼ ਵੀ ਕਰਦੇ ਹੋ ਕਿਆ ਬਾਤ ਹੈ ਥੋੜ੍ਹਾ ਤੋਂ ਮੈਂ ਸਿੱਖ ਸਕਦਾ ਮੈਂ ਸਿੱਖਿਆ ਕਰਾਂ ਨਹੀਂ ਬਹੁਤ ਵਧੀਆ ਅਤੇ ਬਹੁਤ ਵਧੀਆ ਕਲਾ ਬਹੁਤ ਵਧੀਆ ਗਲਾ ਅਤੇ ਬਾਬਾ ਜੀ ਤੁਹਾਡੇ ਹਮੇਸ਼ਾ ਚੜ੍ਹਦੀ ਕਲਾ ਜੀ ਰੱਖਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਗੁਰਲੀਨ ਗੁਰਲੀਨ ਤੁਹਾਡਾ ਜੀ ਸਿਲਕੀ ਅੱਛਾ ਜੀ ਪੱਕਾ ਨਾਮ ਵੀ ਆਈ ਹੈ ਅੱਛਾ ਕਿਹੜੇ ਸਬਜੈਕਟ ਕਿਹੜੇ ਜੁਆਇਨ ਕੀਤੇ ਇਕਨੋਮਿਕਸ ਔਰ ਮਿਊਜ਼ਿਕ ਇਲੈਕਟਿਵ ਇੰਗਲਿਸ਼ ਇਕਨੋਮਿਕਸ ਔਰ ਮਿਊਜ਼ਿਕ ਹਾਂਜੀ ਤੁਸੀਂ ਇਲੈਕਟਿਵ ਇੰਗਲਿਸ਼ ਇਕਨੋਮਿਕਸ ਮਿਊਜ਼ਿਕ ਓਕੇ ਤੁਸੀਂ ਵੀ ਸੇਮ ਕੀ ਏਮ ਕੀ ਹੈ ਜ਼ਿੰਦਗੀ 'ਚ ਮੇਰਾ ਲੈਕਚਰਰ ਲੈਕਚਰਰ ਬਣਨਾ ਤੁਹਾਡਾ ਜੀ ਸਰ ਮੈਂ ਜਰਨਲਿਸਟ ਬਣਨਾ ਜਰਨਲਿਸਟ ਬਣਨਾ ਜੀ ਓਕੇ ਬਹੁਤ ਵਧੀਆ ਸੋਚ ਹੈ ਜੀ ਬਹੁਤ ਵਧੀਆ ਸੋਚ ਹੈ ਹੁਣ ਤੁਹਾਨੂੰ ਖਬਰ ਦੇਣੀ ਹੈ ਜੀ 30 ਸੈਕਿੰਡ ਦੇ ਅੰਦਰ ਵੀ ਕੰਧ ਦੇ ਉੱਤੇ ਬਿੱਲੀ ਚੜ੍ਹ ਗਈ ਅੱਜ ਕੱਲ੍ਹ ਮੀਡੀਆ ਤੁਹਾਨੂੰ ਪਤਾ ਕੋਈ ਵੀ ਖਬਰ ਬਸ ਸਿਰਫ ਤੁਹਾਡੇ ਕੋਲ ਇੱਕ ਲਾਈਨ ਹੈ ਹੁਣ ਇੱਕ ਲਾਈਨ ਤੁਸੀਂ 30 ਹੁਣ ਤੁਹਾਨੂੰ ਫੋਨ ਕਾਲ ਵੀ ਨਹੀਂ ਕੋਈ ਆ ਰਹੀ ਕੋਈ ਖਬਰ ਨਹੀਂ ਆ ਰਹੀ ਉਧਰੋਂ ਸੈਗਮੈਂਟ ਸ਼ੁਰੂ ਹੋ ਗਿਆ ਹੋਇਆ ਬੁਲੇਟਿਨ ਤੁਹਾਡਾ ਸ਼ੁਰੂ ਹੋ ਗਿਆ ਹੁਣ 30 ਸੈਕਿੰਡ ਤੱਕ ਤੁਸੀਂ ਜੇ ਇੱਕ ਹੀ ਗੱਲ ਘੁਮਾਉਣੀ ਹੋਵੇ ਕਿੱਦਾਂ ਦਰਸ਼ਕਾਂ ਨੂੰ ਜਿੱਦਾਂ ਹੁਣ ਇੱਧਰ ਆਹ ਸਪੋਜ਼ ਕਰੋ ਆਹ ਕੈਮਰਾ ਹੈ ਵੀ ਕੈਮਰਾ ਸਿੱਧਾ ਦਰਸ਼ਕ ਨਾਲ ਜੁੜੇ ਹੋਏ ਨੇ ਸਿਰਫ ਤੁਹਾਨੂੰ ਇੰਨਾ ਪਤਾ ਕਿ ਕੰਧ ਦੇ ਉੱਤੇ ਬਿੱਲੀ ਚੜ ਗਈ ਸੈਗਮੈਂਟ ਸ਼ੁਰੂ ਹੋਇਆ ਟੇਕ 3 2 1 ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਦੇਖ ਰਹੇ ਹਾਂ ਕਿ ਰਵਨੀਤ ਸਰ ਦੇ ਘਰ ਉੱਤੇ ਬਿੱਲੀ ਚੜ ਗਈ ਹੈ ਹੁਣ ਆਪਾਂ ਦੇਖਦੇ ਹਾਂ ਕਿ ਆ ਕੀ ਕਰੇਗੀ ਇੱਥੇ ਬਿੱਲੀ 30 ਸੈਕਿੰਡ ਮੈਨੂੰ ਪੜਾਉਣਾ ਤੁਸੀਂ ਨਮਸਤੇ ਕੀ ਗੱਲ ਇੰਨੇ ਦਿਨ ਬਾਅਦ ਹਾਂਜੀ ਤੁਹਾਨੂੰ ਪਹਿਲਾਂ ਤੁਹਾਡੇ ਪੇਰੈਂਟਸ ਦੇ 4 ਫੋਨ ਆਏ ਨੇ ਮੈਨੂੰ ਵੀ ਤੁਹਾਡਾ ਸਾਡਾ ਬੱਚਾ ਪੜਦਾ ਨਹੀਂ 4 ਹੀ ਆਏ ਉਹ ਬੈਟਰੀ ਮੁੱਕ ਗਈ ਹੋਗੀ ਨਾ ਅੱਜ ਕੱਲ ਘੱਟ ਹੈ ਜੀ ਬੈਟਰੀ ਅੱਛਾ ਇਹਨਾਂ ਬੋਲਦਾ ਬਹਿ ਜਾ ਉਹਦੀ ਸੀਟ ਤੇ ਜਾ ਕੇ ਕਿਹਦਾ ਫੋਨ ਆਇਆ ਸੀ ਘਰੋਂ ਤੁਹਾਡੇ ਪਾਪਾ ਦਾ ਕਿੰਨੀਆਂ ਮਿਸ ਗੱਲਾਂ ਮਾਰੀਆਂ ਹੈ ਨਹੀਂ 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 ਮਿਸ ਕਾਲ ਨਹੀਂ ਫੋਨ ਹੀ ਆਇਆ ਸੀ ਫਿਰ ਤੁਸੀਂ 4 ਵਾਰ ਚੱਕਿਆ ਕਿਉਂ ਨਹੀਂ ਚੱਕਿਆ ਸੀ 4 ਵਾਰੀ ਪਰ ਤੁਸੀਂ ਕਲਾਸ ਹੀ ਨਹੀਂ ਆਉਂਦੇ ਅੱਛਾ 4 ਫੋਨ ਉਹਨਾਂ ਨੇ ਕੀਤੇ 4 ਹੀ ਤੁਸੀਂ ਚੱਕ ਲਏ ਹਾਂਜੀ ਇੱਕੋ ਦਿਨ ਚ ਕੀਤੇ 4 ਫੋਨ ਹਾਂਜੀ ਨਹੀਂ ਨਹੀਂ ਰੋਜ਼ ਕਰ ਲਾਗੇ ਡੈਡੀ ਹਾਂਜੀ ਅੱਛਾ ਰੋਜ਼ ਹੀ ਫੋਨ ਕਰ ਲਾਗੇ ਡੈਡੀ ਤੁਸੀਂ 4 ਦਿਨ ਆਏ ਨਹੀਂ ਨਾ ਤਾਂ ਨਹੀਂ ਮੈਨੂੰ ਕੋਈ ਫੋਨ ਨਹੀਂ ਆਇਆ ਵੀ ਕਿੱਥੇ ਤੁਹਾਨੂੰ ਕਰ ਲਾਗੇ ਆ ਜੀ ਅੱਛਾ ਕਿ ਨੰਬਰ ਹੀ ਮੇਰਾ ਦਿੱਤਾ ਅੱਛਾ ਡੈਡੀ ਨੂੰ ਚਲੋ ਬਹੁਤ ਵਧੀਆ ਥੈਂਕ ਯੂ ਸੋ ਮਚ ਗੋਡ ਬlesਸ ਯੂ ਸਤਿ ਸ਼੍ਰੀ ਅਕਾਲ ਜੀ ਸਾਰੇ ਨਵਰੀਤ ਕੌਰ ਬਰਾੜ ਓਕੇ ਤੁਹਾਡਾ ਨਾਮ ਜੀ ਸਿਮਰ ਓਕੇ ਤੁਹਾਡੇ ਕੀ ਸ਼ੌਂਕ ਨੇ ਜੀ ਸਰ ਮੇਰਾ ਡਾਂਸਿੰਗ ਹੈ ਗਿੱਧਾ ਹੈਗਾ ਤੇ ਭੰਗੜਾ ਸਰ ਸਾਰਾ ਕੁਝ ਕੀ ਸਾਨੂੰ ਕੀ ਸੁਣਾਓਗੇ ਜੀ ਥੈਂਕ ਯੂ ਖੋਲਾਂ ਜੀ ਹਾਂਜੀ ਖੋਲੋ ਬਿਲਕੁਲ ਖੋਲੋ ਓਏ ਹੋਏ 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 ਓਏ ਹੋਏ 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 ਇਹ ਉਸ ਟਾਈਮ ਦੀ ਜਦੋਂ ਮੈਂ ਸੁੱਤਾ ਉੱਠਿਆ ਜੀ ਅੱਛਾ ਥੈਂਕ ਯੂ ਸੋ ਮਚ ਕਿਸੇ ਵੱਲ ਘੂਰ ਰਿਹਾ ਸੀਗਾ ਐਂ ਜੇ ਕਰਕੇ ਚਲੋ ਠੀਕ ਹੈ ਨਵਰੀਤ ਬਰਾੜ ਥੈਂਕ ਯੂ ਸੋ ਮਚ ਗੋਡ ਬlesਸ ਯੂ ਆਲੋ ਜੀ ਆਲੋ ਥੈਂਕ ਯੂ ਸੋ ਮਚ ਬੋਲੋ ਮਾਈਕ ਫੜੋ ਜੀ ਮਾਈਕ ਫੜੋ ਸੋਹਣਿਆ ਦੇਸ਼ਾਂ ਅੰਦਰ ਦੇਸ਼ ਪੰਜਾਬ ਨਹੀਂ ਸਹੀ ਹੋ ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨਹੀਂ ਸਹੀ ਹੋ ਰਲ ਮਿਲ ਬਾਕੀ ਪੀਂਗਾਂ ਝੂਟਣ ਕੁੜੀਆਂ ਨਾ ਕਰ ਵੇਲਾਂ ਜੋਸ਼ ਜਵਾਨੀ ਠਾਠਾ ਮਾਰੇ ਲਿਸ਼ਕਣ ਹਾਰ ਹਮੇਲਾਂ ਪਹਿਨਣ ਹੀਰੇ ਮੋਤੀ ਮੁੱਖ ਮਤਾਬ ਨਹੀਂ ਸਹੀ ਹੋ ਸੋਹਣਿਆ ਦੇਸ਼ਾਂ ਅੰਦਰ ਦੇਸ਼ ਪੰਜਾਬ ਨਹੀਂ ਸਹੀ ਹੋ ਮੌਜ ਲਾਈ ਦਰਿਆਵਾਂ ਸੋਹਣੀ ਬਾਗ ਜ਼ਮੀਨਾਂ ਫਲਦੇ ਸ਼ਰਫ ਪੰਜਾਬੀ ਧਰਤੀ ਉੱਤੇ ਠੁਮਕ ਠੁਮਕ ਪਏ ਚੱਲਦੇ ਸਤਲੁਜ ਰਾਵੀ ਜੇਲਮ ਅਟਕ ਚਿਨਾਬ ਨਹੀਂ ਸਹੀ ਹੋ ਸੋਹਣਿਆ ਦੇਸ਼ਾਂ ਅੰਦਰ ਦੇਸ਼ ਪੰਜਾਬ ਨਹੀਂ ਸਹੀ ਹੋ ਸਾਡੇ ਵਿਰਸੇ ਨੂੰ ਭੁੱਲੋ ਨਾ ਉਹਨੂੰ ਯਾਦ ਰੱਖੋ ਤੇ ਉਹਨੂੰ ਫਿਰ ਤੋਂ ਮੁੜ ਕੇ ਸਜੀਵ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਮੈਂ ਬੋਲੀ ਸੁਣਾ ਪਾਓ ਜੀ ਪਾਓ ਪਾਓ ਪਾਓ
ਸੁਣ ਵੇ ਮੁੰਡਿਆ ਗੱਲ ਸੁਣੀ ਤੂੰ ਗੱਲ ਸੁਣੀ ਕੰਨ ਲਾ ਕੇ ਵੇ ਵੱਡਿਆਂ ਘਰਾਂ ਦਾ ਘਰੇ ਹੋਵੇਗਾ ਵੱਡਿਆਂ ਘਰਾਂ ਦਾ ਘਰੇ ਹੋਵੇਗਾ ਆਖੀ ਨਾ ਗੱਲ ਲਾ ਕੇ ਵੇ ਜਿਗਰੇ ਵਾਲੇ ਪਿਓ ਦੀ ਧੀ ਹਾਂ ਜਿਗਰੇ ਵਾਲੇ ਪਿਓ ਦੀ ਧੀ ਹਾਂ ਪਲੀ ਮਲਾਈਆਂ ਖਾ ਕੇ ਕੱਟਦੇ ਵਹਿਮ ਮਨੋ ਲੈ ਜਾਏਗਾ ਤੂੰ ਵਿਆਹ ਕੇ ਕੱਟਦੇ ਵਹਿਮ ਮਨੋ ਲੈ ਜਾਏਗਾ ਤੂੰ ਵਿਆਹ ਕੇ ਕੱਟਦੇ ਵਹਿਮ ਮਨੋ ਸਤਗਾਈ ਦਾ ਮਾਈ ਕੱਪੜਾ ਲਿਆ ਦੇ ਉਹਦੀ ਸੁਥਣੀ ਸਵਾਵਾਨੀ ਇੱਕ ਲਿਆ ਦੇ ਸ਼ੀਸ਼ਾ ਸੁਰਮਾ ਇੱਕ ਲਿਆ ਦੇ ਸ਼ੀਸ਼ਾ ਸੁਰਮਾ ਇੱਕ ਲਿਆ ਦੇ ਚਾਵਾ ਚਾਂਜਰ ਚਾਂਦੀ ਦੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਕਿਤੇ ਨਾ ਜਾਇਓ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਰਿਮੋਟ ਨੂੰ ਹੱਥ ਨਾਲ ਆਇਓ ਹਜੇ ਤੁਹਾਨੂੰ ਪੰਜਾਬੀ ਪੁਰਾਣੇ ਕਲਚਰ ਦੀ ਗੱਲ ਹੋਈ ਸੀਗੀ ਜਿਵੇਂ ਉਹਨਾਂ ਨੇ ਪੰਜਾਬ ਦੀ ਤਾਰੀਫ ਕੀਤੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹਮੇਸ਼ਾ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਸੋ ਸਟੇਜ ਇੱਕ ਤਿਆਰ ਕੀਤੀ ਹੈ ਜੀ ਮੇਰੀਆਂ ਭੈਣਾਂ ਨੇ ਕੁੜੀਆਂ ਨੇ ਇੱਥੋਂ ਦੀਆਂ ਨੇ ਔਰ ਪੱਖੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਹੜੀ ਚੀਜ਼ਾਂ ਹੁਣ ਅਸੀਂ ਭੁੱਲਦੇ ਜਾ ਰਹੇ ਹਾਂ ਏਸੀਆਂ ਦੀ ਅਸੀਂ ਹਵਾ ਲੈਣ ਲੱਗ ਗਏ ਪਰ ਜਿਹੜੀ ਮੌਜ ਪੱਖੀਆਂ ਦੀ ਸੀਗੀ ਉਹ ਸਾਡੇ ਪੁਰਾਣੇ ਜਾਣਦੇ ਨੇ ਬਜ਼ੁਰਗ ਜਾਣਦੇ ਨੇ ਮੇਰੀਆਂ ਮਾਤਾਵਾਂ ਜਾਣਦੀਆਂ ਔਰ ਸਟੇਜ ਤਿਆਰ ਕੀਤੀ ਜੀ ਕੁੜੀਆਂ ਪੀਂਘਾਂ ਝੂਟ ਰਹੀਆਂ ਨੇ ਸੋ ਅਸੀਂ ਤੀਆਂ ਰਲ ਮਿਲ ਕੇ ਮਨਾਵਣ ਲੱਗੇ ਹਾਂ ਜੀ ਚਰਖੇ ਵੀ ਪਏ ਨੇ ਸੋ ਮੈਂ ਉੱਧਰ ਦੇਖ ਰਿਹਾ ਤੁਸੀਂ ਵੀ ਮੈਨੂੰ ਪਤਾ ਤੁਸੀਂ ਐਕਸਾਈਟਡ ਹੋਵੋਗੇ ਵੀ ਉੱਧਰ ਕੀ ਹੈ ਸੋ ਉੱਧਰ ਹੈ ਕੀ ਅਸੀਂ ਤੁਹਾਨੂੰ ਦਿਖਾਵਾਂਗੇ ਬ੍ਰੇਕ ਤੋਂ ਬਾਅਦ ਕਿਤੇ ਨਾ ਜਾਇਓ ਬਹੁਤ ਵਧੀਆ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕਿਤੇ ਨਾ ਜਾਇਓ ਫਿਰ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ ਅਬੋਹਰ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬਹੁਤ ਟੈਲੈਂਟ ਔਰ ਬਹੁਤ ਡਿਸਿਪਲਿਨ ਸਟੂਡੈਂਟਸ ਇੱਥੇ ਦੇਖਣ ਨੂੰ ਮਿਲੇ ਸਾਰੇ ਪ੍ਰਿੰਸੀਪਲ ਮੈਮ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਸਾਰੀ ਫੈਕਲਟੀ ਦਾ ਇਹਦੇ ਨਾਲ ਦੇ ਨਾਲ ਐਨ ਸੀ ਸੀ ਕੈਡੇਟਸ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਜਿਹਨਾਂ ਨੇ ਡਿਸਿਪਲਿਨ ਮੇਨਟੇਨ ਕਰਨ ਦੇ ਵਿੱਚ ਹੈਲਪ ਕੀਤੀ ਉਹਨਾਂ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਰਵੀਰ ਹੈ ਜੀ ਹੈ ਜੀ ਨਰਵੀਰ ਨਰਵੀਰ ਕੀ ਹੋ ਕਿੱਥੇ ਬਿਲੋਂਗ ਕਿੱਥੋਂ ਕਰਦੇ ਹੋ ਮੈਂ ਵੈਸੇ ਤਾਂ ਪਿੰਡ ਪੰਨੀ ਵਾਲਾ ਮੇਰਾ ਜੀ ਮੁਕਤਸਰ ਜ਼ਿਲ੍ਹੇ 'ਚ ਪਰ ਮੈਂ ਇੱਥੇ ਹੌਸਟਲਰ ਆਈ ਓਕੇ ਜੀ ਪਰਿਵਾਰ 'ਚ ਕੌਣ ਕੌਣ ਤੁਹਾਡੇ ਮੇਰੇ ਮੰਮੀ ਪਾਪਾ ਬ੍ਰਦਰ ਅਤੇ ਭਾਬੀ ਅਤੇ ਵੀਰਾ ਕਦੋਂ ਵਿਆਹ ਹੋਇਆ ਵੀਰੇ ਨੂੰ ਵਿਆਹ ਨੂੰ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਭਰਜਾਈ ਵਧੀਆ ਹਾਂਜੀ ਬਹੁਤ ਵਧੀਆ ਨੇ ਕਿੰਨੀ ਕੁ ਵਧੀਆ ਹੈ ਬਹੁਤ ਵਧੀਆ ਨੇ ਜੇ ਕੁਆਲਿਟੀਜ਼ ਹੋਣ ਭਰਜਾਈ ਦੀਆਂ ਤਿੰਨ ਕੁਆਲਿਟੀਜ਼ ਮੇਰੇ ਭਾਬੀ ਬਹੁਤ ਫਰੈਂਡਲੀ ਹੈ ਅੱਛਾ ਤੁਹਾਡੇ ਭਾਬੀ ਜੀ ਬਹੁਤ ਫਰੈਂਡਲੀ ਨੇ ਹਾਂਜੀ ਬਹੁਤ ਫਰੈਂਡਲੀ ਨੇਚਰ ਹੈ ਅੱਛਾ ਜੀ ਇੱਕ ਮੇਰੇ ਭਾਬੀ ਬਹੁਤ ਰਿਸਪੈਕਟ ਕਰਦੇ ਆ ਸਾਰਿਆਂ ਦੀ ਓਕੇ ਜੀ ਕੀ ਬਾਤ ਹੈ ਹਾਂ ਮੇਰੇ ਮੰਮੀ ਪਾਪਾ ਨੂੰ ਆਪਦੇ ਮੰਮੀ ਪਾਪਾ ਵਾਂਗਾ ਪਿਆਰ ਕਰਦੇ ਹਾਂ ਕਰਨਾ ਵੀ ਚਾਹੀਦਾ ਜੀ ਕਰਨਾ ਵੀ ਚਾਹੀਦਾ ਕਰਨਾ ਚਾਹੀਦਾ ਬਹੁਤ ਵਧੀਆ ਅੱਛਾ ਇੱਥੋਂ ਸਿੱਖਿਆ ਵੀ ਮਿਲਦੀ ਹੈ ਹਾਂਜੀ ਗਾਂ ਜਿਹੜੇ ਘਰ ਤੁਸੀਂ ਵਿਆਹ ਕੇ ਜਾਣਾ ਆਪਣੀ ਸੱਸ ਨੂੰ ਮਾਂ ਵਾਂਗੂ ਹੀ ਸਮਝਣਾ ਜਮਾ ਹੀ ਜੀ ਬਹੁਤ ਵਧੀਆ ਬਹੁਤ ਵਧੀਆ ਤੀਜੀ ਕੁਆਲਿਟੀ ਤਿੰਨ ਦਸਤਾਂ ਦਿੱਤੀਆਂ ਨੇ ਨਹੀਂ ਇਹੀ ਹੋਈ ਵੀ ਇੱਕ ਤਾਂ ਰਿਸਪੈਕਟ ਕਰਦੇ ਨੇ ਹਾਂ ਇੱਕ ਪਿਆਰ ਕਰਦੇ ਨੇ ਇਹ ਤਾਂ ਮੇਰੇ ਰਿਸਪੈਕਟ ਦੇ ਵਿੱਚ ਹੀ ਆ ਗਿਆ ਜੀ ਐਵੇਂ ਕਿ ਵੀ ਰਿਸਪੈਕਟ ਦੇ ਵਿੱਚ ਆ ਗਿਆ ਰਿਸਪੈਕਟ ਦੇ ਪਿਆਰ 'ਚ ਬਹੁਤ ਫਰਕ ਹੁੰਦਾ ਹੈ ਅੱਛਾ ਰਿਸਪੈਕਟ ਦੇ ਪਿਆਰ 'ਚ ਬਹੁਤ ਫਰਕ ਹੁੰਦਾ ਹੈ ਇਹ ਰਿਸਪੈਕਟ ਵੀ ਕਰਦੇ ਨੇ ਪਿਆਰ ਵੀ ਕਰਦੇ ਨੇ ਤੇ ਫਰੈਂਡਲੀ ਨੇਚਰ ਹੈ ਹਾਂਜੀ ਬਹੁਤ ਵਧੀਆ ਹੁਣ ਜੇ ਇੱਕ ਕਮੀ ਹੋਵੇ ਮੇਰੇ ਭਾਬੀ 'ਚ ਕੋਈ ਕਮੀ ਨਹੀਂ ਹੈਗੀ ਫੇਰ ਵੀ ਨਹੀਂ ਹੈ ਨਹੀਂ ਉਹ ਨਹੀਂ ਚਲਾਉਂਦੇ ਟੀਵੀ ਤੇ ਉਹ ਨਹੀਂ ਨਹੀਂ ਕੋਈ ਨਹੀਂ ਹੈਗੀ ਉਹ ਇਹ ਚੀਜ਼ ਕੱਟ ਦਾਂਗੇ ਉਹ ਨਹੀਂ ਉਹ ਫੇਰ ਵੀ ਉਹ ਜਦੋਂ ਹੈ ਹੀ ਨਹੀਂ ਹੁਣ ਤੁਸੀਂ ਜਾ ਕੇ ਨਾ ਅੱਜ ਆਪਣੇ ਵੀਰੇ ਤੋਂ ਪੁੱਛਣਾ ਕੀ ਪੁੱਛਣਾ ਕਿ ਵੀਰੇ ਮੈਨੂੰ ਭਰਜਾਈ 'ਚੋਂ ਇੱਕ ਕਮੀ ਦੱਸੋ ਨਾ ਤੇਰੇ ਵੀਰੇ ਨੇ ਚਿੱਠਾ ਖੋਲਤਾ ਤੇਰਾ ਵੀਰਾ ਕਹੂੰ ਸ਼ੁਕਰ ਹੈ ਭੈਣੇ ਤੂੰ ਕੋਈ ਚਾਹੀਦੀ ਗੱਲ ਕੀਤੀ ਰਜਿਸਟਰ ਖੋਲ ਦੋ ਰਜਿਸਟਰ ਵੀ ਪੁਆਇੰਟ ਨੰਬਰ 1 ਐਦਾਂ ਪੁਆਇੰਟ ਨੰਬਰ 2 ਐਦਾਂ ਪੁਆਇੰਟ ਨੰਬਰ ਨਹੀਂ ਮੇਰੇ ਵੀਰੇ ਤੋਂ ਕੋਈ ਇਦਾਂ ਦੇ ਕੁਐਸਚਨ ਹੀ ਨਹੀਂ ਪੁੱਛਦਾ ਅੱਛਾ ਜੀ ਨਹੀਂ ਪੁੱਛਦਾ ਨਹੀਂ ਪੁੱਛਿਆ ਨਾ ਅੱਜ ਤੱਕ ਵੀਰੇ ਤੋਂ ਨਹੀਂ ਪੁੱਛਿਆ ਨਾ ਤੁਸੀਂ ਸੁੱਖ ਦੁੱਖ ਸ਼ੇਅਰ ਹੀ ਨਹੀਂ ਕਰਦੇ ਨਹੀਂ ਅਸੀਂ ਸੁੱਖ ਦੁੱਖ ਸ਼ੇਅਰ ਕਰਦੇ ਹਾਂ ਹੁਣ ਪੁੱਛਿਓ ਜਦੋਂ ਤੁਸੀਂ ਇਹ ਚੀਜ਼ ਪੁੱਛੋਗੇ ਨਾ ਕਿ ਵੀਰੇ ਭਾਬੀ 'ਚ ਕਿਹੜੀ ਕਮੀ ਹੈ ਦੇਖੀ ਤੈਨੂੰ ਗੱਲ ਆਉਂਦਾ ਵੀ ਭੈਣੇ ਮੇਰੀ ਤੈਨੂੰ ਮੈਂ ਦੱਸਾਂ ਚਲੋ ਐਨੀਵੇ ਪਰਿਵਾਰ ਖੁਸ਼ ਰਹਿਣ ਤੇ ਬਹੁਤ ਵਧੀਆ ਗੱਲ ਹੈ ਤੁਸੀਂ ਆਉਂਦੇ ਕਹੀ ਕਿ ਉਹ ਆਪਣਾ ਸੱਸ ਨੂੰ ਮਾਂ ਦੇ ਸਮਾਨ ਸਮਝਦੇ ਨੇ ਬਹੁਤ ਵਧੀਆ ਜ਼ਰੂਰੀ ਵੀ ਹੈ ਕਿਤੇ ਨਾ ਕਿਤੇ ਅੱਜ ਕੱਲ੍ਹ ਕਮੀ ਰਹਿ ਗਈ ਹੈ ਪਰ ਜ਼ਰੂਰੀ ਹੈ ਔਰ ਪਰਿਵਾਰ ਇਕੱਠਾ ਰਹੇ ਤਾਂ ਬਹੁਤ ਵਧੀਆ ਗੱਲ ਤੇ ਸੁਣਾਓ ਜੀ ਜਿਹੜਾ ਸੁਣਾਉਣਾ ਜੀ ਗਾਣਾ ਡਾਚੀ ਵਾਲਿਆ ਮੋੜ ਮੁਹਾਰ ਵੇ ਸੋਹਣੀ ਵਾਲਿਆ ਲੈ ਚੱਲ ਨਾਲ ਵੇ ਤੇਰੀ ਡਾਚੀ ਦੇ ਗਲ ਵਿੱਚ ਟੱਲੀਆਂ ਵੇ ਮੈਂ ਪੀਰ ਮਨਾਵਣ ਚੱਲੀਆਂ ਤੇਰੀ ਡਾਚੀ ਦੀ ਸੋਹਣੀ ਚਾਲ ਵੇ ਸੋਹਣੀ ਵਾਲੇ ਲੈ ਚੱਲ ਨਾਲ ਵੇ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਗੋਡ ਬਲੈਸ ਯੂ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮਚ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਵੀਰੇ ਹੋਰਾਂ ਨੂੰ ਭਰਜਾਈ ਹੋਰਾਂ ਨੂੰ ਥੈਂਕ ਯੂ ਸੋ ਮਚ ਥੈਂਕ ਯੂ ਸੋ ਗੋਡ ਬਲੈਸ ਯੂ ਜੀ ਮਾਈਕ ਦੇ ਦਿਓ ਸਾਡਾ ਹਾਂਜੀ ਹਾਂਜੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਮੈਂ ਗੋਪੀਚੰਦ ਆਰੀਆ ਮਹਿਲਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਸਮੂਹ ਸਟਾਫ ਅਤੇ ਸਮੂਹ ਵਿਦਿਆਰਥੀਆਂ ਵੱਲੋਂ MH1 ਦਾ ਸ਼ੁਕਰਗੁਜ਼ਾਰ ਕਰਨਾ ਚਾਹਾਂਗੀ ਜਿਨ੍ਹਾਂ ਦੇ ਪ੍ਰੋਗਰਾਮ
कैंटीनी मुंडीर सदका अज रवनीत जी जो महान कलाकार सिंगर एक्टर ते मॉडल दे रूप विच साडे रूप रू होए हन साडे लई बड़ी माण वाली गल है। इन्हां लई खुश आमदीद, इन्हां दा स्वागत। इन्हां लई कहना चाहांगी कि कितनी भी जिंदगी में तपश हो उसको मुस्कुरा कर झेलिए, क्योंकि धूप कितनी भी हो समुंदर कभी सूखा नहीं करते। इन्हां लई शुभकामनावां। दोबारा तो मैं कहना चाहांगी कि MH1 दे असी हमेशा ही ऋणी रहांगे जिन्हां ने ये शुभ अवसर रवनीत जी दे आन दा इत्थे सानूं बख्शिया है। थैंक यू। मैं पुराने पंजाब की गल की सी, जिहड़ी चीज़ां असीं भुलदे जा रहे हैं या सानूं देखण नूं नहीं मिलदियां। AC की हवावां ने साडे हट पैर इन्ने कमजोर करते भी हुण असीं पक्षियां नूं भुल गए, पर इत्थे मुटियारां तुसीं देख लो जी, पक्षियां दे नाल अपने आप नूं गर्मी बहुत है, नाल नाल पक्षी भी झूल रही है। बाकी भी कहिंदे होणगे सानूं भी पक्षी दे दो, पर चरखा देख सकते हो तुसीं, घड़े देख सकते हो, और पिंगां दे उत्ते कुड़ी किन्नी स्माइल दे रही है, क्या बात है मेरी। ਤੁਸੀਂ ਦੇਖ ਰਹੇ ਹੋ ਜੀ ਤੀਆਂ ਦਾ ਤਿਉਹਾਰ ਅਸੀਂ ਮਨਾ ਰਹੇ ਹਾਂ ਜੀ, ਅਤੇ ਬਹੁਤ ਵਧੀਆ ਮਾਹੌਲ। ਅਤੇ ਹੁਣ ਇੱਥੋਂ ਦੀਆਂ ਕਾਲਜ ਦੀਆਂ ਕੁੜੀਆਂ ਤੁਹਾਡੇ ਸਾਹਮਣੇ ਗਿੱਧਾ ਪੇਸ਼ ਕਰਨਗੀਆਂ, ਸੋ ਤੁਸੀਂ ਇੰਜੋਏ ਕਰੋ ਜੀ ਗਿੱਧਾ। ਆਓ ਜੀ। ਖੂਬ ਕਿੜੀ ਗੁਲਜ਼ਾਰ ਰੌਣਕ ਕੁੜੀਆਂ ਦੀ, ਕੁੜੀਆਂ ਲਾਈ ਬਹਾਰ ਰੌਣਕ ਕੁੜੀਆਂ ਦੀ, ਇੱਕ ਨੇ ਡਾਲੀ ਚਰਖੀ ਰੰਗਲੀ, ਇੱਕ ਨੇ ਲੈ ਲਈ ਪੀੜੀ ਸੰਦਲੀ, ਕੱਤਦੀਆਂ ਵਾਰੋ ਵਾਰ ਰੌਣਕ ਕੁੜੀਆਂ ਦੀ, ਕੁੜੀਆਂ ਲਾਈ ਬਹਾਰ ਰੌਣਕ ਕੁੜੀਆਂ ਦੀ, ਡਾਇਆ ਚਾਰੇ ਖਾ ਘੁੰਗਰੂਆਂ ਵਾਲਾ, ਕੱਤ ਕੱਤ ਲਾਈਆਂ ਢੇਰੀਆਂ, ਡਾਇਆ ਚਾਰੇ ਖਾ ਘੁੰਗਰੂਆਂ ਵਾਲਾ, ਕੱਤ ਕੱਤ ਲਾਈਆਂ ਢੇਰੀਆਂ, ਡਾਇਆ ਚਾਰੇ ਖਾ ਘੁੰਗਰੂਆਂ ਵਾਲਾ, ਕੱਤ ਲਾਈਆਂ ਢੇਰੀਆਂ। ਮੇਰੇ ਮਾਈਏ ਦੀ ਵੱਡੀ ਨੌਕਰੀ ਕੁੱਲ ਮੁਹੱਲਾ ਡਰਦਾ ਡਰਦਾ, ਮੇਰੇ ਮਾਈਏ ਦੀ ਵੱਡੀ ਨੌਕਰੀ ਕੁੱਲ ਮੁਹੱਲਾ ਡਰਦਾ ਨੀ, ਪਰ ਮੇਰੇ ਮੁਰੇ ਜੀ ਜੀ ਕਰਦਾ ਨੀ, ਪਰ ਮੇਰੇ ਮੁਰੇ ਜੀ ਜੀ ਕਰਦਾ ਨੀ ਪਰ ਮੇਰੇ ਮੁਰੇ। ਪੱਥਰਾਂ ਵਿੱਚੋਂ ਰੱਬ ਪਾਲਦੇ, ਗਾਲੀਆਂ ਚ ਰੁਲਦੇ ਮਾਪੇ, ਇਹਨਾਂ ਨੂੰ ਸਾਂਭ ਲਵੋ ਰੱਬ ਮਿਲ ਜੂਗਾ ਆਪੇ, ਇਹਨਾਂ ਨੂੰ ਸਾਂਭ ਲਵੋ ਰੱਬ ਮਿਲ ਜੂਗਾ ਆਪੇ, ਇਹਨਾਂ ਨੂੰ ਸਾਂਭ ਲਵੋ ਰੱਬ ਮਿਲ ਜੂਗਾ ਆਪੇ, ਇਹਨਾਂ ਨੂੰ ਸਾਂਭ ਲਵੋ। ਪੇਕਿਆਂ ਦੇ ਘਰ ਮਜਾ ਲਵੇਰੀਆਂ, ਪੇਕਿਆਂ ਦੇ ਘਰ ਮਜਾ ਲਵੇਰੀਆਂ, ਸਹੁਰਿਆਂ ਦੇ ਘਰ ਕੱਟੀ ਬਿਨਾ, ਮੇਰੇ ਵਰਗੀ ਕੋਈ ਜੱਟੀ ਬਿਨਾ, ਮੇਰੇ ਵਰਗੀ ਕੋਈ ਜੱਟੀ ਬਿਨਾ। ਹੱਥ ਪੂਣੀਆਂ ਟਾਕ ਤੇ ਚਰਖਾ ਚਾਨੀ ਤਰਿੰਜਣਾ ਦਾ, ਬੇੜੀ ਪੂਰ ਤਰਿੰਜਣ ਦੀਆਂ ਕੁੜੀਆਂ ਸਬੱਬ ਨਾਲ ਹੋਣ ਇਕੱਠੀਆਂ, ਬੇੜੀ ਪੂਰ ਤਰਿੰਜਣ ਦੀਆਂ ਕੁੜੀਆਂ ਸਬੱਬ ਨਾਲ ਹੋਣ ਇਕੱਠੀਆਂ। ਲੋਕਾਂ ਤਾਂ ਖਾਧੀਆਂ ਰੁੱਖੀਆਂ ਤੇ ਮਿੱਸੀਆਂ, ਅਸਾਂ ਤਾਂ ਖਾਧੀਆਂ ਚੂਰੀਆਂ ਜੀ, ਅਜ ਹੋਈਆਂ ਮੁਰਾਦਾਂ ਪੂਰੀਆਂ ਜੀ, ਅਜ ਹੋਈਆਂ ਮੁਰਾਦਾਂ ਪੂਰੀਆਂ ਜੀ, ਅਜ ਹੋਈਆਂ ਮੁਰਾਦਾਂ ਪੂਰੀਆਂ ਜੀ। ਕੀ ਬਾਤ ਹੈ, ਬਹੁਤ ਵਧੀਆ ਸ਼ੋਅ ਰਿਹਾ, ਹੋਪ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਊਗਾ, ਔਰ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਕੀਪ ਸਪੋਰਟਿੰਗ MH1, ਕੀਪ ਲਵਿੰਗ ਕੰਟੀਨਿਊ ਮੰਡੀਰ। ਰਵਨੀਤ ਵੱਲੋਂ ਬਾਏ ਬਾਏ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ, ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮਚ।